ਤੋਂ ਗੁਰਮੁਖ ਹੋਏ। ਤੁਸੀਂ ਦੇਖੋ ਜੇ ਬਾਣੀ ਨੂੰ ਵਿਚਾਰ ਵਿਚਾਰ ਕੇ ਪੜ੍ਹੋ ਤਾਂ ਬੰਦਾ ਹੌਲੀ ਹੌਲੀ ਬਹੁਤ ਉਚਾਈ ਤੇ ਸੁਰਤੀ ਲੈ ਜਾਂਦਾ ਆਪਣੀ। ਦੁਨਿਆਵੀ ਰਹਿੰਦਾ ਹੀ ਨਹੀਂ ਉਹ। ਆ ਮੂਲ ਮੰਤਰ ਹੈ, ਇਹਨੂੰ ਵਿਚਾਰ ਵਿਚਾਰ ਕੇ ਪੜ੍ਹਨਾ ਆਪਾਂ ਨੇ। ਮਹਾਂਪੁਰਸ਼ ਬਾਬਾ ਸੰਤ ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਦੀ ਬਰਸੀ 26 ਅਗਸਤ 1975 ਵਿਚ ਉਨ੍ਹਾਂ ਨੇ ਚੋਲਾ ਇੰਗਲੈਂਡ ਵਿਖੇ ਤਿਆਗਿਆ। 5 ਅਗਸਤ ਨੂੰ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ। ਉਨ੍ਹਾਂ ਦੇ ਸੰਗੀਆਂ ਨੂੰ ਮੈਂ ਇਕੋ ਚੀਜ਼ ਪੁੱਛੀ ਸੀ ਵੀ ਜਿਹੜਾ ਵੀ ਕੋਈ ਸੰਕਟ ਆਉਂਦਾ ਨਾਲ ਦੇ ਮਹਾਂਪੁਰਸ਼ ਕਈ ਮਿਲੇ। ਮੈਂ ਕਿਹਾ ਵੀ ਇਹ ਜਿੰਨਾ ਵੀ ਕੋਈ ਸੰਸਾਰ ਵਿਚ ਅੱਧੀ ਵਿਆਧੀ ਉਪਾਧੀ ਹੈ, ਹੁਣ ਇਹਦਾ ਵੀ ਨਿਰਣਾ ਕਰਨਾ। ਆਦੀ ਹੁੰਦਾ ਜਿਵੇਂ ਮਨ ਨੂੰ ਚਿੰਬੜ ਜੇ ਗਮ, ਸੋਗ, ਫਿਕਰ, ਚਿੰਤਾ, ਟੈਨਸ਼ਨ, ਡਿਪਰੈਸ਼ਨ, ਇਹ ਸਾਰੀਆਂ ਚੀਜ਼ਾਂ ਉਧਰ ਨੂੰ ਚਲੀ ਜਾਂਦੀਆਂ। ਵਿਆਧੀ ਹੁੰਦਾ ਜਿਵੇਂ ਫੋੜਾ, ਫਿਣਸੀ, ਬੁਖਾਰ ਹੋ ਜੇ। ਉਪਾਧੀ ਹੁੰਦਾ ਜਿਵੇਂ ਬਾਹਰੋਂ ਡਾਂਗ, ਸੋਟਾ, ਪੇਟ ਪੀੜਾ ਅਜਕ ਹੋ ਜਾਂਦੀ, ਪਤਾ ਹੀ ਨਹੀਂ ਲੱਗਦਾ ਇਹਨਾਂ ਗੱਲਾਂ ਦਾ। ਕਹਿਣ ਨੂੰ ਕੀ ਆ, ਹਰੇਕ ਬੰਦਾ ਇਹ ਕਹਿਣ ਦਾ ਅੱਜ ਕੱਲ੍ਹ ਵੀ ਮੈਨੂੰ ਕਿਹੜਾ ਸ਼ੂਗਰ ਆ, ਚੈੱਕ ਕਰ ਲਓ। ਜੇ ਚੈੱਕ ਕਰੋ ਤਾਂ ਸ਼ੂਗਰ ਨਿਕਲਦੀ ਵੀ ਨਿਕਲਦੀ ਹੈ। ਜੇ ਕੋਈ ਕਹੇ ਮੈਨੂੰ ਮੇਰਾ BP ਠੀਕ ਆ, ਜਦ ਮਿਣਿਆ ਤਾਂ ਦੇਖਿਆ BP ਬਹੁਤ ਜ਼ਿਆਦਾ। ਉਪਾਧੀ ਜਿਹੜੀ ਆ, ਮੈਂ ਆਪਣੇ ਤਜਰਬੇ ਦੇ ਆਧਾਰ ਤੇ ਕਹਿਣਾ, ਦੁਨੀਆਂ ਦੇ 90% ਬੰਦਿਆਂ ਨੂੰ ਉਪਾਧੀ ਹੈ। ਆ ਜਿਹੜੀਆਂ ਤੁਸੀਂ ਕਹਿੰਦੇ ਹੋ ਘਰ ਚ ਲੜਾਈ ਹੋ ਜਾਂਦੀ, ਉਈ ਗੁੱਸਾ ਆਈ ਜਾਂਦਾ, ਨਿਆਣੇ ਪੜ੍ਹਦੇ ਨਹੀਂ, ਐ ਨਹੀਂ ਕਰਦੇ, ਇਹ ਉਪਾਧੀ ਹੋਈ ਚਿੰਬੜੀ ਸਾਰਿਆਂ ਨੂੰ। ਉਪਾਧੀ ਕਿਉਂ ਚਿੰਬੜੀ ਹੈ? ਗੁਰਸਿੱਖ ਨੂੰ ਤਾਂ ਚਿੰਬੜਨੀ ਚਾਹੀਦੀ। ਹਾਂ, ਮੈਂ ਵੀ ਮੰਨਦਾ ਗੁਰਸਿੱਖ ਨੂੰ ਨਹੀਂ ਚਿੰਬੜਦੀ ਹੈ, ਪਰ ਤੁਸੀਂ ਕੋਈ ਹੱਥ ਖੜਾ ਕਰਕੇ ਕਹੋ ਵੀ ਮੈਂ ਗੁਰਸਿੱਖ, ਬਸ ਫਿਰ ਉਹਨੂੰ ਮੰਨ ਲਾਂਗੇ ਵੀ ਇਹਨੂੰ ਨਹੀਂ ਚਿੰਬੜਦਾ ਕੁਛ। ਇਹ ਸਾਧ ਸੰਗਤ ਕਹਿਣਾ ਸੌਖਾ ਗੁਰਸਿੱਖ। ਭਾਈ ਗੁਰਦਾਸ ਜੀ ਕਹਿੰਦੇ ਇਸ ਗੁਰਸਿੱਖਾਂ ਨੂੰ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਕਹਿੰਦੇ ਮੇਰੀ ਖੱਲ ਦਾ ਚਮੜੀ ਲਾਹ ਕੇ ਐਸੇ ਗੁਰਸਿੱਖਾਂ ਦੇ ਮੌਜੇ ਬਣਾ ਦੋ, ਉਨ੍ਹਾਂ ਦੇ ਚਰਨਾਂ ਚ ਪਾ ਦੋ, ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਸ। ਆਪਾਂ ਹੁਣ ਬੈਠੇ ਸਾਰੇ, ਮੇਰਾ ਤਾਂ ਘੁੰਮਣਾ ਸਾਰੇ ਦੇਸ਼ਾਂ ਚ ਹੀ ਹੋ ਲਿਆ ਲਗਭਗ, ਕੋਈ ਖੂੰਜਾ ਛੱਡਿਆ ਹੀ ਨਹੀਂ ਸੰਸਾਰ ਦਾ। ਆਪ ਹੀ ਬੜੇ ਹੈਰਾਨ ਹੋਏਗਾ ਵੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਥਾਂ। ਹਾਲੇ ਵੀ ਮੇਰੇ ਘਰ ਦੇ ਕਹਿੰਦੇ ਹੁਣ ਹੋਰ ਕਿੰਨੇ ਕੁ ਪਿੰਡ ਰਹਿੰਦੇ, ਸੜਕਾਂ ਘੁੰਮਣ ਵਾਲੀਆਂ। ਮੈਂ ਤਾਂ ਜਦ ਤੱਕ ਸਾਹ ਚੱਲਦੇ ਸੜਕ ਨਵੀਂ ਰੋਜ਼ ਦੇਖਣੀ ਹੋਈ। ਆ ਪੜੌਲ ਨਹੀਂ ਸੀ ਦੇਖਿਆ, ਇਹ ਦੇਖ ਲਿਆ, ਕਿੰਨਿਆਂ ਘਰਾਂ ਦੀ ਰੋਟੀ ਖਾ ਲਈ ਉਰੇ। ਆ ਫਿਰ ਚਲੇ ਜਾਵਾਂਗੇ ਕਿਸੇ ਪਿੰਡ ਨੂੰ, ਫਿਰ ਨਵੀਂ ਸੜਕ ਆ ਜੂ, ਫਿਰ ਨਵੀਂ ਸੜਕ ਆ ਜੂ। ਕਿਆ ਕੋਈ ਹਿਸਾਬ ਨੇ, ਅਮਰੀਕਾ ਦੀਆਂ ਸੜਕਾਂ, ਕੈਨੇਡਾ, ਇੰਗਲੈਂਡ, ਜਰਮਨ, ਫਰਾਂਸ, ਗ੍ਰੀਸ, ਕੋਈ ਸੜਕ ਛੱਡੀ ਵੀ ਹੈ? ਕੋਈ ਪਹਾੜੀ ਛੱਡੀ? ਸਾਰੇ ਥਾਵਾਂ ਤੇ ਘੁੰਮ ਘੁੰਮ ਕੇ ਸਭ ਕੁਝ ਦੇਖਿਆ। ਸਾਧ ਸੰਗਤ ਪਰ ਗੁਰਸਿੱਖ ਲੱਭਣ ਗਏ, ਗੁਰਸਿੱਖ ਮਿਲਦਾ ਹੀ ਨਹੀਂ। ਇੱਕ ਨੂੰ ਹੀ ਕਿਹਾ ਤੁਸੀਂ ਕਿ 20ਵੀਂ ਸਦੀ ਦਾ ਮਹਾਨ ਸਿੱਖ, ਇੱਕੋ ਹੀ ਨੂੰ ਉਹ ਅੱਖਰ ਲੱਗਿਆ। ਹੁਣ ਆਪਣੇ ਨੂੰ ਕੋਈ ਲਾਉਂਦਾ? ਕਿਸੇ ਨੂੰ ਲੱਗਦਾ ਵੀ ਇਹ ਹੋਰ ਤਾਂ ਬੜੇ ਆ, ਇਹਨੂੰ ਪੰਥ ਰਤਨ ਮਿਲ ਗਿਆ, ਉਹਨੂੰ ਫਲਾਨਾ ਰਤਨ ਮਿਲ ਗਿਆ, ਉਹਨੂੰ ਫਲਾਨਾ ਰਤਨ। ਕਦੇ ਉਹਨੂੰ ਵੀ ਕਿਹਾ ਲੋਕਾਂ ਨੇ ਵੀ ਇਹ ਮਹਾਨ ਸਿੱਖ ਹੈ 20ਵੀਂ ਸਦੀ ਦਾ? ਉਹ ਪਦਵੀ ਨਹੀਂ ਕੋਈ ਲਿਜਾ ਸਕਦਾ। ਚਲੋ ਮਹਾਨ ਸਿੱਖ ਨਾ ਸੀ, ਸਿੱਖ ਹੀ ਸਹੀ, ਸਾਦੇ ਸਿੱਖ ਹੀ ਬਣ ਜਾਓ। ਇਸ ਕਰਕੇ ਆਪਾਂ ਸਿੱਖ ਬਣਨਾ ਗੁਰੂ ਸਾਹਿਬ ਦੇ ਸਿੱਖਿਆ, ਸਿੱਖੀ ਸਿੱਖਿਆ, ਗੁਰਵਿਚਾਰ, ਨਦਰੀ ਕਰਮ ਲੰਘਾਏ ਪਾਰ, ਸੋ ਸਿੱਖ ਬਣਨਾ, ਸਿੱਖਿਆ ਲੈਣੀ। ਸਾਧ ਸੰਗਤ ਤੁਸੀਂ ਸੱਚ ਮੰਨੋ, ਇਹ ਇਹੀ ਜਿਹੀ ਲਾਈਨ ਹੈ। 43ਵਾਂ ਕੁ ਸਾਲ ਮੈਨੂੰ ਇਹਦੇ ਚ ਲਗਭਗ ਆ ਪੂਰਾ ਹੋ ਕੇ 44ਵਾਂ ਲੱਗਿਆ ਜੂਨ ਦੇ ਵਿਚ। ਮੈਨੂੰ ਹਲੇ ਤੱਕ ਐ ਲੱਗਦਾ ਵੀ ਹਲੇ ਮੈਂ ਸਕੂਲ ਦੇ ਵਿਚ ਗਿਆ ਹੀ ਨਹੀਂ। ਆ ਸਕੂਲ ਜਿਹੜਾ ਹੈ ਨਾ ਸਿੱਖੀ ਦਾ,
ਹਾਲੇ ਤਾਂ ਇਹਦੇ ਵਿੱਚ ਅਸੀਂ ਬੈਂਚ ਤੇ ਬਹਿਣਾ ਵੀ ਨਹੀਂ ਸਿੱਖੇ ਹੈਗੇ। ਪੜ੍ਹਾਈ ਤਾਂ ਕੀ ਸ਼ੁਰੂ ਕਰਨੀ ਸੀ, ਹਾਲੇ ਸਾਨੂੰ ਕੁਛ ਵੀ ਨਹੀਂ ਆਉਂਦਾ। ਕਿਉਂ? ਇਹ ਪੜ੍ਹਾਈ ਤਾਂ ਸਾਧ ਸੰਗਤ ਉੱਚੀ ਤੋਂ ਉੱਚੀ ਉੱਚੀ ਤੋਂ ਉੱਚੀ ਪੜ੍ਹਾਈ ਪਈ ਆ। ਅੱਗੇ ਜਿਉਂ ਜਿਉਂ ਦੇਖਦੇ ਹਾਂ ਅਗਲਿਆਂ ਵੱਡਿਆਂ ਨੂੰ, ਉਹਨਾਂ ਦੇ ਜਿਹੜੇ ਦਿਮਾਗ ਸੋਚ ਉਹ ਬੜੀ ਵੱਡੀ, ਬਹੁਤ ਵੱਡੀ ਸੋਚ। ਇਸ ਕਰਕੇ ਆਪ ਸਾਧ ਸੰਗਤ ਸਭ ਤੋਂ ਪਹਿਲੀ ਗੱਲ, ਕਾਹਲ ਨਾ ਕਰੋ। ਇੱਕ ਤਾਂ ਆਪਣੇ ਚ ਅੱਜ ਕੱਲ੍ਹ ਸਬਰ ਸੰਤੋਖ ਹੈ ਹੀ ਨਹੀਂ, ਕਾਹਲ ਬੜੀ ਹੈ। ਪੁੱਛੂਗਾ ਕੋਈ ਨਾ ਕੋਈ ਫੋਨ ਕਰਕੇ, ਕਿੰਨਾ ਇਹ ਪਾਠ ਕਰਨਾ, ਇੰਨਾ ਕਰਨਾ, ਅੱਛਾ ਐਂ ਕਰਨਾ, ਫਿਰ ਕਿੰਨੇ ਕੁ ਚਿਰ ਚ ਕੰਮ ਹੋਜੂਗਾ, ਫਿਰ ਕਿੰਨੇ ਕੁ ਚਿਰ ਚ ਕਿਰਪਾ ਹੋਜੂ, ਰੱਬ ਮਿਲਜੂ ਹਫ਼ਤੇ ਚ? ਉਹ ਹਫ਼ਤੇ ਚ ਰੱਬ ਕਿਦੋਂ ਮਿਲਜੂਗਾ ਤੁਹਾਨੂੰ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕਈ ਜਨਮਾਂ ਦੀਆਂ ਖੇਡਾਂ। ਧੰਨੇ ਭਗਤ ਨੂੰ ਜਦ ਕਿਹਾ ਸੀ 1100 ਜਨਮ ਹੋ ਗਿਆ ਲੱਗੇ ਨੂੰ, ਮਾਣ ਨਾ ਕਰੀ। ਸਾਧ ਸੰਗਤ ਪਰਮਾਤਮਾ ਨੂੰ ਮਿਲਣਾ ਸਹਿਜ ਵਿੱਚ ਹੈ, ਸਹਿਜ ਵਿੱਚ ਚਲੇ ਜਾਓ, ਆਪਣੇ ਕੰਮ ਕਾਰ ਵੀ ਕਰੀ ਜਾਓ, ਪਾਠ ਵੀ ਕਰੀ ਜਾਓ, ਦਸਵੰਧ ਵੀ ਕੱਢੀ ਜਾਓ, ਸੇਵਾ ਵੀ ਕਰੀ ਜਾਓ, ਟਿਕਾ ਕੇ ਬੈਠੇ ਰਹੋ, ਬੈਠੇ ਰਹੋ, ਬੈਠੇ ਰਹੋ, ਲਾਈਨ ਚ ਲੱਗੇ ਹੋ। ਜਿਵੇਂ ਨਾਰਦ ਮੁਨੀ ਜੀ ਤੁਰੇ ਜਾਂਦੇ ਸੀ, ਕੋਈ ਤਪਸਵੀ ਬੈਠਾ ਇੱਕ ਦਰਖਤ ਦੇ ਥੱਲੇ, ਟਾਹਲੀ ਦਾ ਦਰਖਤ ਸੀ ਉਹ। ਨਾਰਦ ਮੁਨੀ ਜੀ ਕਹਿੰਦੇ ਮੈਂ ਚੱਲਿਆ ਪਰਮੇਸ਼ਰ ਕੋਲੇ ਕੋਈ ਸੁਨੇਹਾ। ਕਹਿੰਦੇ ਮੈਨੂੰ ਬਸ ਇੰਨਾ ਪੁੱਛਿਆ ਵੀ ਮੈਨੂੰ ਕਦ ਮਿਲਣਾ ਉਹਨਾਂ ਨੇ। ਜਦੋਂ ਨਾਰਦ ਮੁਨੀ ਜੀ ਵਾਪਸ ਆਏ ਤਾਂ ਕਹਿੰਦੇ ਵੀ ਕੀ ਸੁਨੇਹਾ ਲਿਆਇਆ? ਕਹਿੰਦੇ ਉਹ ਕਹਿੰਦੇ ਵੀ ਜਿੰਨੇ ਦਰਖਤ ਦੇ ਪੱਤੇ ਨੇ ਇੰਨੇ ਜਦੋਂ ਉਹਦੇ ਜਨਮ ਹੋ ਲਏ ਉਦੋਂ ਦਰਸ਼ਨ ਦੇਵਾਂਗੇ। ਉਹ ਬੰਦਾ ਉੱਠ ਕੇ ਨੱਚਣ ਲੱਗ ਪਿਆ, ਬਹੁਤ ਨੱਚਿਆ, ਖੁਸ਼ੀ ਚ ਆ ਕੇ ਝੂਮਿਆ। ਨਾਰਦ ਜੀ ਕਹਿੰਦੇ ਮੈਂ ਤਾਂ ਆਖਿਆ ਤੂੰ ਦਿਲ ਜਿਹਾ ਛੱਡ ਜਾਏਗਾ, ਉਦਾਸ ਹੋ ਜਾਏਗਾ, ਤੂੰ ਉਹਦਾ ਝੂਮਣ ਲੱਗ ਪਿਆ। ਉਹ ਕਹਿੰਦਾ ਮੈਂ ਤਾਂ ਐਂ ਗੱਲੋਂ ਖੁਸ਼ ਹਾਂ ਵੀ ਆਪਣਾ ਨੰਬਰ ਹੈਗਾ ਲਿਸਟ ਵਿੱਚ, ਬਸ ਹੁਣ ਕੋਈ ਪਰਵਾਹ ਨਹੀਂ ਹੈ, ਭਾਵੇਂ ਲੱਖ ਜਨਮ ਲੱਗ ਜੇ ਨਿਗਾਹ ਚ ਤਾਂ ਹੈਗਾ ਨਾ ਮੈਂ। ਜੇ ਲਿਸਟ ਚ ਹੀ ਨਹੀਂ ਹੈਗਾ ਫਿਰ ਸਾਧ ਸੰਗਤ, ਹੁਣ ਆਪਣੇ ਜੋ ਕੋਈ ਲਿਸਟ ਚ ਹੀ ਨਹੀਂ ਹੈਗੇ। ਕਦੇ ਨਾ ਅੰਮ੍ਰਿਤ ਹੀ ਨਹੀਂ ਛਕਿਆ, ਹਾਲ ਤੱਕ ਅੰਮ੍ਰਿਤ ਹੀ ਨਹੀਂ ਛਕਿਆ, ਗੁਰੂ ਵਾਲੇ ਹੀ ਨਹੀਂ ਬਣੇ। ਜੇ ਛਕਿਆ ਤਾਂ ਰਹਿਤ ਛੱਡਤੀ, ਇਹਨੇ ਕਹਿਤਾ ਉਹਨੇ ਕਹਿਤਾ, ਇਧਰਲੇ ਉਧਰਲੇ ਆਖੇ ਰੱਖ ਕੇ ਰਹਿਤ ਮਰਿਆਦਾ ਸਾਰੀ ਛੱਡ।